हाँ जी, फिर बालन लगी अग। बालनी पैनी है, सिलेंडर ने धोखा दे दिता। सिलेंडर ने भी ते गड्डी ने भी। सही गल। गड्डी भी नहीं आई है ना। दो के तीन बार लंघे अपने। सही गल। एक आउंदी बुधवार, एक आउंदी ऐतवार। ऐसी दोवे बार नहीं आई। मैंने तो सवेर दी चाह दी फिक्र पई है। सवेर दी ना पीवी। चाह तो बगैर ओदा मैं सारा दिन कढ लांगी। सवेर दी चाह तो बगैर नहीं मैं कढ सकदी। ठीक है। भावे सारा काम करके पीवा पर मैनू सुकून जाके चाह नाल ही मिलदा भी। हां ਜਾਣੀ ਕਿ ਦਿਨ ਦੀ ਸ਼ੁਰੂਆਤ ਚਾਹ ਤੋਂ ਕਰਨੀ ਹੈ। ਭਾਵੇਂ ਇੱਕ ਘੁੱਟੀ ਪੀਵਾਂ। ਹੁਣ ਅੱਗ ਬਲ ਜਾਏ ਸੀ ਨੇ ਚੁੱਲ੍ਹੇ ਦੇ ਵਿੱਚ। ਕਿੰਨੇ ਚਿਰ ਬਾਅਦ ਬਾਲਣ ਲੱਗੀ ਅੱਗ? ਜਦੋਂ ਉਦੋਂ ਪ੍ਰਾਹੁਣੇ ਨਹੀਂ ਆਏ ਉਦੋਂ ਬਾਲੀ ਸੀ ਤੇ ਹੁਣ ਅੱਜ ਬਾਲਣ ਲੱਗੀ, ਉਹ ਵੀ ਮਜਬੂਰੀ ਨੂੰ। ਟਾਈਮ ਨਹੀਂ ਹੁੰਦਾ ਯਾਰ ਇੰਨਾ। ਪਰ ਉਦਾਂ ਆ ਹੋਈ ਓਏ ਤੂੰ ਆਣ ਉਹ ਕਿੱਡਾ ਮੈਂ ਕਹਿੰਦਾ ਹੋਰ ਗੱਲਾਂ ਛੱਡ, ਉਹ ਕਿੱਡਾ ਖੁਸ਼ ਆ ਵੀ ਅੱਗ ਬਾਲੀ। ਅੰਦਰ ਬੈਠਾ ਸੀ ਬੈੱਡ ਤੇ, ਮੈਂ ਹਾਂ ਜਾਗ ਮੈਂ ਅੱਗ ਬਾਲਣ ਲੱਗੀ ਆ। ਉਹਦੇ ਦਿਲ 'ਚ ਪਤਾ ਨਹੀਂ ਕੀ ਹੋਣ ਲੱਗਾ। ਲੈ ਕੇ ਆ ਗਿਆ ਨਿੱਕੀ ਆਪਣੀ। ਪਰ ਇੱਕ ਗੱਲ ਆ, ਅੱਗ ਦੀ ਹੁੰਦੀ ਦਾਲ ਸਬਜ਼ੀ ਜਿਹੜੀ ਬਣੀ ਰੋਟੀ ਹੁੰਦੀ ਸਵਾਦ ਬਣਦੀ ਆ। ਸਹੀ ਗੱਲ ਆ, ਬਸ ਥੋੜਾ ਜਿਹਾ ਟਾਈਮ ਦੀ ਸ਼ੋਰਟੇਜ ਤੇ ਜੇ ਕਿਤੇ ਟਾਈਮ ਹੋਏ ਬੰਦਾ ਸਵੇਰੇ ਤੇ ਸ਼ਾਮ ਨੂੰ ਰੋਟੀਆਂ ਚੁੱਲ੍ਹੇ ਤੇ ਪਕਾਈ ਹੈ ਨਾ, ਮੰਮੀ ਪਕਾਉਂਦੇ ਹੁੰਦੇ। ਬਾਕੀ ਭਾਵੇਂ ਆਪਾਂ ਕੋਈ ਨਹੀਂ ਏਦਾਂ ਕਰਿਆ ਕਰੀ, ਮੇਰੀ ਗੱਲ ਸੁਣ। ਹੁਣ ਤੂੰ ਅੱਜ ਡੈ ਪੀਂਗੀ ਸਭ ਨਾ ਤੇ ਸਿਆਲ ਚਾਪਾ ਪਤਾ ਕਰਿਆ ਕਰ। ਮੈਂ ਕਹਿੰਦਾ ਸਿਆਲ ਚ ਪਤਾ ਕਰਿਆ ਕਰਾਂਗੇ, ਸਵੇਰੇ ਨਹੀਂ ਤੇ ਸ਼ਾਮ ਦੀ ਜਿਹੜੀ ਰੋਟੀ ਚੁੱਲ੍ਹੇ ਤੇ ਬਣਾਈ ਕਰੀ, ਨਾਲੇ ਤੇ ਸੇਕਾ ਕਰਾਂਗੇ ਅੱਗ ਹਨਾ। ਸਵੇਰੇ ਵਿੱਚ ਹੋ ਸਕਿਆ ਕਰੇਗਾ ਤੇ ਵੇਖਾਂਗੇ। ਹੁਣ ਅੱਗ ਬਲ ਜਾਏ ਸਹੀ। ਬਾਲੀ ਗਈ ਸ਼ਾਮ ਨੂੰ, ਬਲ ਗਈ ਕਿ ਇਹਨੂੰ ਮਿੱਟੀ ਰੰਗਦੇ ਆ। ਹਣਾ ਲਾ ਕੇ ਵੇਖਾਂਗੇ ਭਲਾ ਜੇ ਮੇਰੇ ਉਹ ਆਂਟੀ ਹੁਣ ਕਿੰਨਾ ਕੋਲ ਆਈ। ਤਕਰੀਬਨ ਸਾਰਾ ਹੋਇਆ ਹੀ ਏ। ਉਹ ਗੱਲ ਵੱਖਰੀ ਹੈ ਕਿ ਮੈਂ ਕਦੇ ਅੱਗ ਬਾਲਣੀ ਆ, ਪਰ ਇਹ ਨਹੀਂ ਹੈ ਕਿ ਮੈਨੂੰ ਬਾਲਣੀ ਨਹੀਂ ਆਉਂਦੀ, ਬਾਲਣੀ ਆਉਂਦੀ ਹੈ। ਮੇਰੀ ਮਾਂ ਨੇ ਮੈਨੂੰ ਸਾਰਾ ਕੁਝ ਸਿਖਾਇਆ। ਮਾਵਾਂ ਤੇ ਜਾਂਦੇ ਹੁੰਦੇ ਨਾ। ਫੁਲਕੇ ਕੱਲੇ ਲਾਉਣ ਵਾਲੇ ਹਨਾ? ਹਾਂਜੀ, ਸਬਜ਼ੀ ਬਣੀ ਆ, ਸਬਜ਼ੀ ਆਪਾਂ ਬਣਾਈ ਆ, ਕੜੀ ਪਕੌੜੇ ਹਨਾ। ਕੜੀ ਪਕੌੜਾ, ਕੜੀ ਪਕੌੜਾ ਅਗਮ ਕੀ ਬਣਾਇਆ ਏ? ਉਹ ਇਹ ਵੇਂਦਾ ਇੱਥੇ ਠੰਡ ਵੀ ਨਹੀਂ ਜੀ ਲੱਗਾ ਜੀ ਦੇ ਗਾ। ਠੰਡ ਕਿੱਥੋਂ ਲੱਗਣੀ ਜਦੋਂ ਲੱਗ ਸੇਕ ਪੈਂਦਾ। ਆਹੋ ਚੱਲ ਜਾ ਲਿਆ ਫਿਰ ਮਿੰਟੋ ਮਿੰਟਾ ਮੈਂ ਲੱਗ ਕੇ ਆਉਂਦੀ ਆ ਸਾਰਾ ਸਮਾਨ ਚੁੱਕ ਕੇ। ਲਾ ਉਹਦਾ ਭੁੱਖ ਲੱਗੀ ਹੈ। ਹੈਂ ਇਧਰੇ ਆ ਹਾਂ ਪਾਪਾ ਸੋਨਾ ਸੋਨਾ ਹੀ। ਟਾਈਮ 7 ਵਜੇ ਚੱਲੇ ਆ ਕਿਦਾਂ? ਅੱਛਾ ਝੋਨਾ ਵੱਢਣ ਜਾਂਦੇ ਆ। ਅੱਛਾ ਡੇਈ ਲਾਟਾਂ ਛੱਡਣ ਹੈ। ਕੁਰਸੀ ਮੇਰਾ ਬਾਹੂ ਇੱਧਰ ਕਰੋ, ਹਾਂ ਮੈਂ ਉੱਧਰ ਸਾਰਾ ਸਮਾਨ ਰੱਖਾਂਗੀ। ਉਹ ਆ ਬੈਠਾ ਅੱਗੇ ਸੱਜ ਕੇ ਵੀ ਜਿੱਦਾਂ ਮੈਂ ਸਾਰਾ ਕੁਝ ਕਰਨਾ ਹੈ। ਨਹੀਂ ਮੇਰਾ ਪੁੱਤ ਬੜਾ ਸਿਆਣਾ, ਉੱਠ ਮੇਰਾ ਲੱਡੂ ਇੱਧਰ ਲਿਆ ਕੁਰਸੀ। ਆਹੋ ਮੈਂ ਇੱਥੇ ਹੀ ਰੱਖਾਂਗੀ। ਸਿਆਣਾ ਬਹੁਤ ਬੰਦਾ ਹਨਾ। ਅਗਮ ਤੂੰ ਇੱਥੇ ਕਰ ਆਪਣੀ ਕੁਰਸੀ ਤੇ ਮੈਂ ਵੀ ਲਿਆਉਣਾ ਵਾ, ਫਿਰ ਆਪਾਂ ਰੋਟੀ ਖਾਵਾਂਗੇ ਹਨਾ। ਇੱਧਰ ਵੀ ਨਹੀਂ ਪੈਣਾ ਉਹ। ਓਏ ਹੋ 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 ਸਬਜ਼ੀ ਲਈ ਨਾਲੇ ਹੈ ਨਾ, ਸਬਜ਼ੀ ਵੀ ਗਰਮ ਕਰ ਲਈਏ। ਚੱਲ ਕੋਈ ਨੀ, ਮਸਾ ਜ਼ੋਰ ਲੱਗ ਜਾਏਗਾ ਭਾਂਡੇ ਸਾਫ਼ ਕਰਨ ਲੱਗਿਆ। ਨਹੀਂ ਜਦੋਂ ਕਾਲ ਖਲੋਣੀ ਬਈ
ਸਵਾਹ ਵਾਲੇ ਭਾਂਡੇ ਸਵਾਣਾ ਹੀ ਮੰਜਨੇ ਪੈਣੇ ਵੇਖ ਲਿਓ ਹਣਾ ਇਹਦੇ ਨਾਲ ਜ਼ਿਆਦਾ ਵਧੀਆ ਇਹਦੇ ਨਾਲ ਹਾਂ ਪਹਿਲਾਂ ਵੇਲਾ ਲੋਕ ਮਾਂਜਦੇ ਸਵਾਹ ਨਾਲ ਹੁੰਦੇ ਸੀ ਸਵਾਹ ਤਾਂ ਫਿਰ ਇਹ ਇੱਕ ਹਿਸਾਬ ਨਾਲ ਫਿਰ ਵਧੀਆ ਚੀਜ਼ ਆ ਤਵਾ ਤੇ ਰਹਿ ਗਿਆ ਮੇਰਾ ਕਿ ਨਹੀਂ तोड़ के जवाब दिता है आपे करके कंथा नहीं सुनता रहा है पक गई चल पा फिर सब्जी छेती ला तो और कड़ी बनाई सब्जी पानी चार पा दे थोड़ा जा चार नहीं लेना चार अदरक का सच ले लो चल अगम खाइए रोटी फिर अपन आप खाइए गर्म गर्म अगम इन्हें वक्री थाली ले लिया ਪੰਦਾ ਮੈਂ ਵੱਖਰੀ ਲੈਣੀ ਮੇਰੀ ਰੀਸ ਕੀਤੀ ਹੈ ਨਾ ਦੰਦੀ ਵੜਦਾ ਤੂੰ ਪਾਪਾ ਦੇ ਅਗਮ ਸਵਾਦ ਆਉਂਦਿਆ ਅਗਮ ਇਦਾਂ ਕਰਦੇ ਮਨ ਗਾ ਬਹੁਤ ਸਵਾਦ ਹੈ ਕਿਦਾਂ ਕਿੰਨੀ ਟੇਸਟੀ ਅਗਮ ਮਜ਼ਾ ਆਉਂਦਾ ਨਾ ਅਗਮ ਉਹ ਬਣਾਉਂਦਿਆ ਆਪਣੇ ਵੱਲੋਂ ਮੇਜਾ ਤਾਂ ਹਾਂ ਮਜ਼ਾ ਆਉਂਦਿਆ ਮਜ਼ਾ जुगाड़ लाता मेनू तवे दे रोटी लबन नहीं दी हां फोन वाला एक और काम करना जो अग बाले करेंगे फिर कुकर रोटी पका ली अम्मा ने बस अना थले थले लोड़ा इतने सिरे चाह बना ली नहीं धोना पैना ही नहीं नहीं धोना तो मैनू पता वा मैं थोड़ा खंडा भी धोना ही नहीं आ ਵਿੱਚੋਂ ਧੋਲੀ ਉੱਤੋਂ ਉੱਥੋਂ ਧੋਲੀ ਆਹ ਜਿਹੜੀ ਮਿੱਟੀ ਵਾਲੀ ਚੀਜ਼ ਇਹ ਰਹਿੰਦੀ ਠੀਕ ਆ
ਹਜੇ ਨਹੀਂ ਤੈਨੂੰ ਸਮਝ ਲੱਗੀ ਭਾਂਡੇ ਚ ਇਹਨੂੰ ਧੋਲੀ ਮਿੱਟੀ ਨਾ ਲਿਓ ਲਾਈ ਸਵੇਰੇ ਤੇਰੇ ਪਰ ਏਡਾ ਪਤੀਲੇ ਚ ਚਾਹ ਅੱਛਾ ਵੀ ਕੱਲ ਜੋਗੀ ਵੀ ਲਵਾਂਗੇ ਤੇ ਨਾ ਚਲਾਇਆ ਕਰੀ ਦਸ ਦਿਨ ਰਹਿਣ ਦੇ ਜੇ ਕੋਈ ਪ੍ਰਾਹੁਣਾ ਆ ਜਾਏ ਤੇ ਫੇਰ ਤੇਰੀ ਦੌੜ ਬਸ ਚੌਂਕੇ ਦੁਆਲੇ ਲੱਗੀ ਰਹੇਗੀ ਫੇਰ ਇਹ ਜੇ ਕੋਈ ਆ ਜਾ ਜਾਏ ਫੇਰ ਤੰਗੀ ਆਉਂਦੀ ਹੈ ਰੋਟੀ ਖਾ ਲਈ ਖਾਣੀ ਹੈ ਮੈਂ ਰੋਟੀ ਖਾਣੀ ਹੋਵੇ ਖੁਦ ਗਰਮ ਕਰਕੇ ਰੱਖੀ ਮੈਂ ਚਲ ਦੁੱਧ ਪਿਲਾ ਲਾਗੇ ਮੈਂ ਦੁੱਧ ਧਰ ਦਿੰਦੀ ਹਾਂ ਕੀ ਕਰਦਾ ਫਿਰ ਇੰਡਿਆ ਏ ਇਹਨੇ ਆਪਣੀ ਖਾਧੀ ਨੀ ਪੂਰੀ ਵੇਖ ਲਾ ਹੁਣ ਠੀਕ ਸਗੋਂ ਤੇਰਾ ਰੱਜ ਵੱਜ ਜਾਂਦਾ ਲੈ ਦੇ ਹੋਰ ਗਮ ਹੁਣ ਪੁੱਤ ਨਹੀਂ ਚਾਹੀਦਾ ਓਹੋ ਇਹ ਹੁਣ ਮੇਰੇ ਸੋਹਣੇ ਤੈਨੂੰ ਫੇਰ ਠਾਏਗਾ ਖਾਂਦੀ ਨੂੰ ਇਧਰ ਹੈ ਮੇਰੀ ਗੱਲ ਸੁਣ ਹੁਣ ਥੋੜਾ ਪੁੱਤ ਚਾਹੀਦਾ ਹੋਏ ਹੁਣ ਤੇ ਹੁਣ ਤੇ ਰੋਟੀ ਪੱਕ ਗਈ ਸੀ ਅਮਾ ਨੇ ਮਿਰਚ ਲਾਤੀ ਆ ਜਾ ਪਾਣੀ ਲਿਆ ਦੇ ਮੰਮਾ ਜਦੋਂ ਤੁਹਾਨੂੰ ਮਿਰਚ ਲੱਗੂਗੀ ਨਾ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਪਾਣੀ ਲਿਆ ਦਾਂਗਾ ਜਾਓ ਲਿਆ ਕੇ ਦਿਓ ਪਾਣੀ ਮੈਨੂੰ ਸਮਝ ਲੱਗ ਗਈ ਹੈ ਉਹਨੇ ਉਧਰ ਨੂੰ ਵੇਖਿਆ ਵਾ ਉੱਥੇ ਥੱਲੇ ਫੱਟੀ ਰੱਖੂਗਾ ਉੱਤੋਂ ਪਾਣੀ ਭਰੂਗਾ ਅੱਛਾ ਸ਼ਿੰਕ ਕਹਿੰਦੀ ਮੈਂ ਸਕੀਮੀ ਤੇ ਬਹੁਤ ਹੈ ਵੇਖਿਆ ਹੀ ਹੁਣ ਡਿੱਗਣ ਲੱਗਾ ਨਾ ਆਪ ਹੀ ਪੁੱਤ ਖਾਣੀ ਹੈ ਥੋ ਲਿਆ ਵਾ ਨਹੀਂ ਲੱਗਾ ਲੱਦਾ ਵਾ ਲੱਦਾ ਵਾ ਪਾਪਾ ਅੱਜ ਬਣੇ ਲਾਏ ਤੇ ਆਜ ਚੱਲ ਫਿਰ ਚੱਲ ਬਈ ਉਹ ਗਲਾ ਫੜਹਾ ਗਲਾ ਆਪਣੇ ਹੀ ਹੈ ਨਾ ਨਹੀਂ ਮੇਰਾ ਲਈ ਆਹ ਤੇਰੀ ਵਾਲਾ ਹੀ ਤੇਰਾ ਉਬਲ ਨਾ ਜਾਓ ਫੱਟੀ ਨੇ ਮਾਰਿਆ ਕੜਾਕਾ ਟੁੱਟ ਤੇ ਨੀ ਗਈ ਪਤਾ ਨੀ ਹੁਣ ਪਾਲਾ ਪਾਲਾ ਥੋੜੀ ਜਿਹੀ ਹੋਰ ਚਲਾ ਲੈ ਨਾ ਟੂਟੀ ਥੋੜੀ ਜਿਹੀ ਹੋਰ ਚਲਾ ਫਿਰ ਛੇਤੀ ਭਰ ਜੂਗਾ ਚੱਲ ਅੰਬਾਂ ਨੂੰ ਦੇ ਦੇ ਕੁਛ ਜ਼ਿਆਦਾ ਨਹੀਂ ਮਿਰਚ ਲੱਗੀ ਲੱਗੀ ਏ ਲੱਗੀ ਜੀ ਲਿਆ ਮੈਨੂੰ ਥੋੜਾ ਦੋ ਮੈਂ ਦੇ ਦਾਂ ਚੱਲ ਤੂੰ ਪੌੜੀਆਂ ਉੱਤਰ ਜਾ ਫਿਰ ਫੜ ਲਈ ਪਹਿਲਾਂ ਪੌੜੀਆਂ ਉੱਤਰ ਪਰਾਂ ਵੀ ਨੰਬਰ ਮੇਰੇ ਹੀ ਬਣਨਾ ਜਿਹੜੀ ਮੇਨ ਗੱਲ ਆ ਲੈ ਹੈਲੋ 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 ਕਾ ਆ ਗਏ ਇੱਕੋ ਮਿੰਟ ਅੱਗੇ ਐਨ ਫੜਾ ਦੇ ਇੱਧਰੋਂ ਦੀ ਫੜਾ ਦੇ ਚੱਲ ਜਾ ਫਿਰ ਦੇ ਅੱਜ ਇੱਧਰੋਂ ਦੀ ਦੇਣਾ ਮੈਂ ਹਾਂ ਹਾਂ ਲਓ ਜੀ ਨਾਲ ਪੁੱਛੋ ਮੈਨੂੰ ਕਿਹਾ ਠੀਕ ਹੈ
ਲਓ ਜੀ ਥੈਂਕ ਯੂ ਅਗਮ ਵੈਰੀ ਗੁੱਡ ਇਧਰ ਓ ਮਾ ਕਹਿੰਦੀ ਵੈਰੀ ਗੁੱਡ जो सिलेंडर सुलंडर का नहीं हूं वेख्या ही मम्मी होना हां हां पीन लगे ओना च हां जी काड़नी च पा के रख छड़ना ਤੂੰ ਜੀ ਚਾਹਣਾ ਤੇ ਕੜ ਕੜ ਕੇ ਕੜ ਕੜ ਕੇ ਵੇਲਾ ਉਹ ਕਿਹੜੀ ਫ੍ਰਿਜ ਹੁੰਦੀ ਉਹ ਨਾ ਕੜ ਕੜ ਕੇ ਸੰਗਣਾ ਹੁੰਦਾ ਨਾ ਤੇ ਸਾਡੇ ਕਿਤਾਏ ਜੀ ਹੁਣੇ ਰੱਖ ਵਿੱਚ ਰਹਿੰਦੇ ਹੁੰਦੇ ਸੀ ਜਿੰਨਾਂ ਨੇ ਹੁਣ ਵੀਡੀਓ ਵੇਖੀ ਹੈ ਨਾ ਉਹਨਾਂ ਨੂੰ ਪਤਾ ਲੱਗ ਜਾਣਾ ਤੇ ਅਸੀਂ ਜਿੱਦਣ ਐਤਵਾਰ ਛੁੱਟੀ ਹੁੰਦੀ ਸੀ ਨਾ ਅਸੀਂ ਸਾਰੇ ਜਾਣੇ ਜਿੰਨੇ ਭੈਣ ਭਰਾਵਾਂ ਇਕੱਠੇ ਹੋ ਕੇ ਤੇ ਉਹਨਾਂ ਘਰ ਚੱਲ ਜਾਣਾ ਵੀ ਉਹਨਾਂ ਘਰੋਂ ਚਾਹ ਪੀ ਕੇ ਆਉਂਦੇ ਆ ਉਹ ਦੁੱਧ ਦੀ ਚਾਹ ਮਜ਼ਾ ਹੀ ਆ ਜਾਂਦਾ ਦਹੀਂ ਦੇ ਨਾਲ ਕੜੇ ਦੁੱਧ ਦੀ ਚਾਹ ਪੀਣ ਦਾ ਬਹੁਤ ਮਜ਼ਾ ਆਉਂਦਾ ਉਹ ਰੱਖਦੇ ਹੁੰਦੇ ਸੀ ਬਦਲੀ ਜਾਂਦੀਆਂ।